ਪਿਛਲੇ 2 ਦਿਨਾਂ ਤੋਂ ਦਸੂਹਾ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਗੰਨਾ ਕਿਸਾਨਾਂ ਦੇ ਵੱਲੋਂ ਆਪਣਾ ਧਰਨਾ ਜਿਹੜਾ ਸਮਾਪਤ ਕਰ ਦਿੱਤਾ ਗਿਆ। ਕਿਉਂ ਧਰਨਾ ਸਮਾਪਤ ਕੀਤਾ ਗਿਆ, ਕੀ ਸਰਕਾਰ ਇਹਨਾਂ ਦੀਆਂ ਮੰਗਾਂ ਦੇ ਅੱਗੇ ਝੁੱਕ ਗਈ ਹੈ? ਗੱਲਬਾਤ ਕਰਨ ਦੇ ਲਈ ਸਾਡੇ ਨਾਲ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਦੁਆਬਾ ਜ਼ੋਨ ਤੋਂ ਪ੍ਰਧਾਨ ਨੇ ਮਨਜੀਤ ਸਿੰਘ ਰਾਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਧਰਨਾ ਤੁਸੀਂ ਪਿਛਲੇ 2 ਦਿਨ ਤੋਂ ਦੇ ਰਹੇ ਸੀ, ਅੱਜ ਖਤਮ ਕਰ ਦਿੱਤਾ ਗਿਆ, ਕੀ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਕੋਈ? ਜੀ, ਦਰਅਸਲ ਸਾਡੀ ਜਿਹੜੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਆ ਜੀ, ਮੈਂ ਉਹਦਾ ਪ੍ਰੈਜੀਡੈਂਟ ਹਾਂ। ਇਹ ਸਾਡਾ ਜਿਹੜਾ ਅੱਜ ਫੈਸਲਾ ਹੋਇਆ ਉਹ ਇਸ ਕਰਕੇ ਹੋਇਆ ਕਿ ਸਰਕਾਰ ਕੱਲ੍ਹ 25 ਕਰੋੜ ਕਹਿੰਦੀ ਸੀ, ਅੱਜ 200 ਕਰੋੜ 'ਤੇ ਸਰਕਾਰ ਮੰਨ ਗਈ ਵੀ ਜਿਹੜਾ 435 ਕਰੋੜ ਹੈਗਾ ਉਹ 'ਚੋਂ 200 ਕਰੋੜ ਇੱਕ ਹਫ਼ਤੇ 'ਚ ਤੁਹਾਡੇ ਖਾਤਿਆਂ 'ਚ ਪਾ ਦਿੱਤਾ ਜਾਊਗਾ। ਔਰ ਸੈਕਿੰਡ ਜਿਹੜੀਆਂ ਸਾਡੀ ਮੰਗ ਸੀ ਵੀ ਜਿਹੜੀਆਂ ਮਿੱਲਾਂ ਆ ਉਹਨੂੰ ਯਕੀਨੀ ਬਣਾਇਆ, ਉਹ ਕਹਿੰਦੇ 25 ਤੱਕ ਚੱਲ ਪੈਣਗੀਆਂ। ਉਹ ਕੱਲ੍ਹ ਕੇਨ ਕਮਿਸ਼ਨਰ ਪੰਜਾਬ ਜਿਹੜਾ ਉਹ ਇੱਥੇ ਹੁਸ਼ਿਆਰਪੁਰ ਆਏਗਾ, ਸਾਰੇ ਮਿਲਰਸ ਨੂੰ ਬੁਲਾਏਗਾ, ਸਾਡੀ ਉਹਨਾਂ ਨਾਲ ਵੀ ਮੀਟਿੰਗ ਅਰੇਂਜ ਕਰਾਏਗਾ। ਸੈਕਿੰਡ ਸਾਡਾ ਜਿਹੜਾ 250 ਕਰੋੜ ਬਾਕੀ ਰਹਿੰਦਾ ਉਹ ਵੀ ਕੱਲ੍ਹ ਹੀ ਸਾਡਾ ਜਿਹੜਾ ਆ ਉਹਨਾਂ ਦੇ ਮਿੱਲਾਂ ਦੇ ਨਾਲ ਕਰਕੇ ਸਾਰੀ ਗੱਲਬਾਤ ਵਿੱਚ IG ਰੇਂਜ ਜਿਹੜੇ ਆਪਣੇ ਹੈਗੇ ਉਹ ਅਤੇ DC ਸਾਹਿਬ, SDM ਸਾਹਿਬ ਉਹ ਸਾਰੀ ਗੱਲ ਤੈਅ ਕੱਲ੍ਹ ਕਰ ਦੇਣਗੇ 250 ਕਰੋੜ ਦੀ। 200 ਕਰੋੜ ਇਸ ਹਫ਼ਤੇ ਪੈ ਜਾਏਗਾ, ਬਾਕੀ ਦੀ ਰਾਸ਼ੀ ਜਿਹੜੀ ਮਿੱਲਾਂ 'ਤੇ ਚੱਲਦੇ ਪਹਿਲੇ ਹਫ਼ਤੇ ਪੈ ਜਾਣਗੀਆਂ ਜੀ। ਮਿੱਲਾਂ ਕਦੋਂ ਤੱਕ ਚੱਲਣ ਦੇ ਅੱਜ ਵਿਸ਼ਵਾਸ ਹਨ? ਤੁਹਾਡੀ ਮੀਟਿੰਗ ਕਿਹਦੇ ਨਾਲ ਹੋਈ ਹੈ ਪਹਿਲਾਂ? ਜੀ, ਸਾਡੀ ਮੀਟਿੰਗ ਹੋਈ ਹੈ ਜੀ DC ਸਾਹਿਬ ਹੁਸ਼ਿਆਰਪੁਰ ਹੈ, ਔਰ SDM ਸਾਹਿਬ ਔਰ SSP ਸਾਹਿਬ ਔਰ IG ਜਲੰਧਰ ਰੇਂਜ, ਉਹਨਾਂ ਨੇ ਸਾਰੀ ਗੱਲ ਉੱਪਰ ਤੈਅ ਕਰਕੇ ਚੀਫ ਸੈਕਟਰੀ ਸਾਹਿਬ ਦੇ ਨਾਲ, ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨਾਲ, ਫਿਰ ਉਹਨੇ ਸਾਨੂੰ ਜਿਹੜੀ ਆ ਰਿਟਰਨ ਦੇ ਵਿੱਚ ਦਿੱਤਾ ਕਿ ਜਿਹੜਾ ਤੁਹਾਡਾ 200 ਕਰੋੜ ਰੁਪਇਆ ਜਿਹੜਾ ਇਮੀਡੀਏਟਲੀ ਪਾ ਦਿੱਤਾ ਜਾਊਗਾ, ਔਰ ਜਿਹੜੀਆਂ ਮਿੱਲਾਂ ਉਹ ਵੀ ਯਕੀਨੀ ਤੌਰ 'ਤੇ ਚੱਲ ਪੈਣਗੀਆਂ। ਜਿਹੜੀ ਅਗਲੇ ਸੀਜ਼ਨ ਦੀ ਗੱਲ ਹੈ ਭਈ 14 ਦਿਨਾਂ ਦੇ ਵਿੱਚ ਪੇਮੈਂਟ ਹੋਣੀ ਚਾਹੀਦੀ ਹੈ ਸ਼ੂਗਰ ਫੈਡ ਐਕਟ ਦੇ ਮੁਤਾਬਕ, ਉਹ ਵੀ ਜਿਹੜੀ ਸਾਡੀ ਪੇਮੈਂਟ ਆ ਉਹ ਯਕੀਨੀ ਬਿਲਕੁਲ ਬਣਾਈ। ਗੰਨੇ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਰੇਟ ਨੂੰ ਲੈ ਕੇ ਵੀ ਤੁਹਾਡੀ ਮੰਗ ਸੀਗੀ, ਉਹਦੇ ਉੱਤੇ ਵੀ ਕੋਈ ਗੱਲ ਹੋਈ? ਹਾਂਜੀ, ਉਹ ਜਿਹੜਾ ਗੰਨੇ ਦਾ ਰੇਟ ਦਾ ਆ ਉਹ ਕਿਉਂਕਿ ਮਹਿਕਮਾ ਉਹ ਕਹਿੰਦੇ CM ਸਾਹਿਬ ਦੇ ਕੋਲ ਹੈ ਅਤੇ ਅੱਜ ਕੋਈ ਹਾਦਸਾ ਵਾਪਰ ਗਿਆ ਅੰਮ੍ਰਿਤਸਰ, ਉਹਦੇ ਕਰਕੇ CM ਸਾਹਿਬ ਉਦੋਂ ਨਿਕਲ ਗਏ। ਸਾਡੀ ਇਸੇ ਕਰਕੇ ਜਿਹੜੀ CM ਸਾਹਿਬ ਨਾਲ ਮੀਟਿੰਗ ਅਰੇਂਜ ਕੀਤੀ ਆ, ਉਹਨਾਂ ਨੇ ਸਾਨੂੰ ਆਸ਼ਵਾਸਨ ਤਾਂ ਦਿੱਤਾ ਕਿ 23 ਤਰੀਕ ਨੂੰ ਇੱਥੇ ਕੋਈ ਫੰਕਸ਼ਨ ਹੈ, CM ਸਾਹਿਬ ਆ ਰਿਹਾ ਜਲੰਧਰ ਇੱਧਰ ਸਾਈਡ 'ਤੇ, ਔਰ ਉੱਦਣ ਨਹੀਂ ਤਾਂ ਸੋਮਵਾਰ ਨੂੰ ਪੱਕੀ ਸਾਡੀ ਉਹਨਾਂ ਨੇ ਕਿਹਾ ਵੀ ਤੁਹਾਡੀ ਮੀਟਿੰਗ CM ਸਾਹਿਬ ਨਾਲ ਹੋਏਗੀ ਔਰ ਉਹਦੇ ਵਿੱਚ ਜਿਹੜਾ ਆ 310+ ਲਵਾਂਗੇ। ਔਰ ਸੰਤੁਸ਼ਟ ਹੋ ਤੁਸੀਂ ਹੁਣ ਜਦੋਂ ਸਰਕਾਰ ਤੁਹਾਡੇ ਅੱਗੇ ਝੁੱਕੀ ਹੈ, ਸਰਕਾਰ ਨੇ ਮੰਗਾਂ ਮੰਨ ਲਈਆਂ ਨੇ ਤੁਹਾਡੀਆਂ? ਬਿਲਕੁਲ, ਜਿਹੜਾ ਇਹ ਫੈਸਲਾ ਹੋਇਆ ਅਸੀਂ ਇਹਨੂੰ ਐਗਰੀ ਹੋਏ ਹਾਂ, ਪਰ ਜੇਕਰ ਸਰਕਾਰ ਇਹਨੂੰ ਇੰਪਲੀਮੈਂਟ ਸਹੀ ਤਰੀਕੇ ਨਾਲ ਨਹੀਂ ਕਰਦੀ ਫਿਰ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਕਿ ਅਗਰ ਸਰਕਾਰ ਇੰਪਲੀਮੈਂਟ ਨਹੀਂ ਕਰੇਗੀ ਤਾਂ ਫਿਰ ਇਸ ਹਫ਼ਤੇ ਦੇ ਬਾਅਦ ਅਸੀਂ ਜਿਹੜਾ ਇੰਟਰਨੈਸ਼ਨਲ ਹਾਈਵੇ ਫਗਵਾੜਾ ਉਹਨੂੰ ਜਾਮ ਕਰ ਦਿਆਂਗੇ, ਫਿਰ ਸਰਕਾਰ ਦੀ ਕੋਈ ਗੱਲ ਨਹੀਂ ਮੰਨਾਂਗੇ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਮਨਜੀਤ ਸਿੰਘ ਰਾਏ, ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ। ਸਰਕਾਰ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਇੱਕ ਹਫ਼ਤੇ ਦੇ ਵਿੱਚ 200 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ ਦੇ ਵਿੱਚ ਪਾ ਦਿੱਤਾ ਜਾਊਗਾ ਔਰ ਰਹਿੰਦੀ ਰਾਸ਼ੀ ਜਿਹੜੀ ਆ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਊਗੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਗੰਨੇ ਦੇ ਰੇਟ ਨੂੰ ਲੈ ਕੇ ਵੀ ਉਹਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੋਈ ਆ ਔਰ ਆਉਣ ਵਾਲੇ ਦਿਨਾਂ ਦੇ ਨਾਲ CM ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਨੂੰ ਮੁਲਾਕਾਤ ਦਾ ਵੀ ਭਰੋਸਾ ਦਿੱਤਾ ਗਿਆ ਔਰ ਮੁਲਾਕਾਤ ਤੋਂ ਬਾਅਦ ਕੀ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਰਹਿੰਦੀਆਂ ਮੰਗਾਂ ਜਾਂ ਉਹ ਮੰਗਾਂ ਮੰਨੀਆਂ ਜਾਂਦੀਆਂ ਨੇ, ਜੇਕਰ ਸਰਕਾਰ ਉਦੋਂ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕੋਈ ਆਨਾਕਾਨੀ ਕਰੇਗੀ ਤਾਂ ਸਰਕਾਰ ਨੂੰ ਇੱਕ ਵਾਰ ਫਿਰ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹਨਾਂ ਦੀਆਂ ਇਹ ਜਿਹੜੀਆਂ ਕਹੀਆਂ ਗਈਆਂ ਗੱਲਾਂ ਸਰਕਾਰ ਨਹੀਂ ਮੰਨਦੀ ਤਾਂ ਉਹ ਵੱਡੇ ਪੱਧਰ ਦੇ ਉੱਤੇ ਇੱਕ ਵਾਰ ਫਿਰ ਸੰਘਰਸ਼ ਸ਼ੁਰੂ ਕਰਨਗੇ ਔਰ ਨੈਸ਼ਨਲ ਦੇ ਨਾਲ ਨਾਲ ਹੋਰ ਜਿਹੜੇ ਹਾਈਵੇਜ਼ ਨੇ ਉਹਨਾਂ ਨੂੰ ਵੀ ਬਲੌਕ ਕਰੇਗੀ। ਕੈਮਰਾ ਪਰਸਨ ਪਵਨ ਦੇ ਨਾਲ ਸੁਖਵਿੰਦਰ ਸਿੰਘ, ਦੈਨਿਕ ਸਵੇਰਾ TV, ਹੁਸ਼ਿਆਰਪੁਰ।